ਏਅਰਬੈਗ ਨੇ ਬਚਾਈ ਡਰਾਈਵਰ ਦੀ ਜਾਨ। ਭੁੰਗ ਨਾਲ ਭਰੀ ਟਰਾਲੀ ਕਾਰ ਨੂੰ ਹੋਇਆ ਵੱਡਾ ਹਾਦਸਾ। ਮੌਕੇ ਤੋਂ ਫਰਾਰ ਹੋਇਆ ਟਰੈਕਟਰ ਚਾਲਕ। ਦੱਸਦੇ ਕਿ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਭੁੰਗ ਨਾਲ ਭਰੀ ਟਰਾਲੀ ਦੀ ਕਾਰ ਦੇ ਨਾਲ ਭਿਆਨਕ ਟੱਕਰ ਹੋਈ ਹੈ ਤੇ ਡਰਾਈਵਰ ਦੀ ਜਾਨ ਏਅਰਬੈਗ ਖੁੱਲਣ ਦੇ ਕਾਰਨ ਬਚ ਗਈ ਹੈ। ਵੇਖ ਸਕਦੇ ਹੋ ਕਿੰਨਾ ਭਿਆਨਕ ਹਾਦਸਾ ਹੈ ਜਿਸ ਦੇ ਵਿੱਚ ਵਾਲ ਵਾਲ ਕਾਰ ਚਾਲਕ ਦੀ ਜਾਨ ਬਚ ਜਾਂਦੀ ਹੈ ਤੇ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਟਰਾਲੀ ਬਿਲਕੁਲ ਓਵਰਲੋਡ ਹੋਈ ਸੀ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਦੱਸਦੇ ਕਿ ਹਾਦਸਾ ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ 'ਤੇ ਹੋਇਆ ਜਿੱਥੇ ਭੁੰਗ ਨਾਲ ਭਰੀ ਟਰਾਲੀ ਅਤੇ ਆਰਟਿਕਾ ਕਾਰ ਦੇ ਵਿੱਚ ਟੱਕਰ ਹੋਈ ਹੈ ਅਤੇ ਕਾਰ ਦੇ ਏਅਰਬੈਗ ਖੁੱਲ੍ਹ ਗਏ ਸੀ ਜਿਸ ਦੇ ਕਾਰਨ ਡਰਾਈਵਰ ਦੀ ਜਾਨ ਬਚ ਗਈ। ਅਤੇ ਇਸ ਸੰਬੰਧੀ ਕਾਰ ਦੇ ਮਾਲਕ ਨੇ ਦੱਸਿਆ ਕਿ ਉਸ ਵੱਲੋਂ ਇਸੇ ਸਾਲ ਹੀ ਕਾਰ ਖਰੀਦੀ ਗਈ ਸੀ ਅਤੇ ਉਹ ਟੈਕਸੀ ਚਲਾਉਂਦਾ ਹੈ ਅਤੇ ਕਾਰ ਲੋਨ 'ਤੇ ਹੈ ਅਤੇ ਇਸ ਹਾਦਸੇ ਦੇ ਨਾਲ ਉਸਦੀਆਂ ਕਾਰ ਦੀਆਂ ਕਿਸ਼ਤਾਂ ਅਤੇ ਰੁਜ਼ਗਾਰ ਵੀ ਖਤਮ ਹੋ ਗਿਆ। ਉਹਨਾਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਟਰੈਕਟਰ ਚਾਲਕ ਵੱਲੋਂ ਡਰਾਈਵਰ ਨੂੰ ਬਾਹਰ ਵੀ ਨਹੀਂ ਕੱਢਿਆ ਗਿਆ ਅਤੇ ਮੌਕੇ 'ਤੇ ਟਰੈਕਟਰ ਛੱਡ ਕੇ ਫਰਾਰ ਹੋ ਜਾਂਦਾ। ਉੱਧਰ ਉਸਨੇ ਮੰਗ ਕੀਤੀ ਹੈ ਕਿ ਸੜਕ 'ਤੇ ਚੱਲਦੀਆਂ ਓਵਰਲੋਡ ਭੁੰਗ ਦੀਆਂ ਭਰੀਆਂ ਟਰਾਲੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਬੰਦ ਕੀਤਾ ਜਾਵੇ ਅਤੇ ਧੁੰਦ ਦੇ ਵਿੱਚ ਟਰਾਲੀਆਂ ਦੇ ਕਾਰਨ ਹਾਦਸੇ ਵਾਪਰ ਰਹੇ ਨੇ ਜਿਸ ਕਾਰਨ ਕਈ ਕੀਮਤੀ ਜਾਨਾਂ ਵੀ ਲੋਕ ਗਵਾ ਬੈਠਦੇ ਨੇ। ਫਿਲਹਾਲ ਇਸ ਹਾਦਸੇ ਦੇ ਵਿੱਚ ਕਾਰ ਦਾ ਵੱਡਾ ਨੁਕਸਾਨ ਹੋਇਆ ਅਤੇ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਤ ਰਹੀ ਹੈ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਇਸ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਹਾਦਸਾ ਵਾਪਰਿਆ ਦੇਵੂ ਜੀ ਸਾਹਮਣੇ ਤੁਹਾਡੇ ਸਾਹਮਣੇ ਕਾਰ ਜਿਹੜੀ ਹੈ ਇੱਕ ਭੁੰਗ ਵਾਲੀ ਟਰਾਲੀ ਦੇ ਵਿੱਚ ਵੱਜੀ ਖੜੀ ਹੈ ਔਰ ਇਹ ਜਿਹੜੀਆਂ ਟਰਾਲੀਆਂ ਨੇ ਸਰਕਾਰ ਵੱਲੋਂ ਮੰਗ ਕੀਤੀ ਜਾਂਦੀ ਵੀ ਇਹਨਾਂ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ ਕਿ ਹਾਦਸਾ ਬਹੁਤ ਜ਼ਬਰਦਸਤ ਵਾਪਰਿਆ ਹੈ। ਜੇ ਏਅਰਬੈਗ ਨਾ ਖੁੱਲ੍ਹਦੇ ਤਾਂ ਸ਼ਾਇਦ ਡਰਾਈਵਰ ਵੀ ਆਪਦੀ ਜਾਨ ਗਵਾ ਪੈਂਦਾ, ਪਰ ਡਰਾਈਵਰ ਸਾਹਿਬ ਬਚ ਗਏ ਨੇ। ਜਿਹੜਾ ਟਰੈਕਟਰ ਦਾ ਡਰਾਈਵਰ ਹੈ ਉਹਨੇ ਤਾਂ ਨਾ ਗੱਡੀ ਵੱਲ ਦੇਖਿਆ, ਉਹਨੇ ਯਕਦਮ ਜਦੋਂ ਕੱਟ ਮਾਰਤਾ ਅੱਗੋਂ ਅਟਕਾ ਗੱਡੀ ਵੱਜ ਗਈ ਵਿੱਚ, ਵੱਜਣ ਤੋਂ ਬਾਅਦ ਉਹ ਡਰਾਈਵਰ ਫਰਾਰ ਹੋ ਗਿਆ। ਅੱਛਾ, ਉਹ ਲੱਭਿਆ ਨਹੀਂ ਵੀ ਕਿੱਥੇ ਹੈਗਾ, ਕਿੱਥੇ ਵੀ ਕਿਸ ਤਰ੍ਹਾਂ ਕੀ ਹੋਇਆ, ਕਿਹਦੀ ਵੀ ਵਿੱਚ ਗੱਡੀ ਦੇ ਦੋ ਜਣੇ ਨੇ, ਚਾਰ ਜਣੇ ਨੇ, ਪੰਜ ਜਣੇ ਨੇ, ਵੀ ਵਿੱਚ ਕੋਈ ਜੀਵਤ ਹੈ, ਕੋਈ ਡੈਥ ਹੋ ਗਈ ਹੈ। ਉਸ ਤੋਂ ਬਾਅਦ ਉਹ ਡਰਾਈਵਰ ਪਤਾ ਨਹੀਂ ਆਪਦੇ ਕਿਸ ਤਰੀਕੇ ਦੇ ਨਾਲ ਬਾਹਰ ਨਿਕਲਿਆ ਹੈ, ਔਰ ਉਸ ਤੋਂ ਬਾਅਦ ਉਹਨੇ ਜਦੋਂ ਵੇਖਿਆ ਵੀ ਗੱਡੀ ਤਾਂ ਮੇਰੀ ਬਿਲਕੁਲ ਲੋਸ ਹੋ ਚੁੱਕੀ ਹੈ ਅਤੇ ਗੱਡੀ ਦਾ ਨੁਕਸਾਨ ਜਿਹੜਾ ਲਗਭਗ ਗੱਡੀ ਖਤਮ ਹੈ। ਗੱਡੀ ਸਾਡੇ ਅਸ਼ੋਕ ਕੁਮਾਰ ਜੀ ਦੀ, ਅਸ਼ੋਕ ਸਿੰਘ ਦੀ ਹੈ, ਪਿੰਡ ਮੋਹ ਸਿੰਘ ਵਾਲਾ ਹੈ, ਔਰ ਜਲਾਲਾਬਾਦ ਇੱਧਰੋਂ ਜਲਾਲਾਬਾਦ ਤੋਂ ਫਿਰੋਜ਼ਪੁਰ ਨੂੰ ਜਾ ਰਹੀ ਸੀ ਘੁੰਮ ਵਾਲੀ ਟਰਾਲੀ, ਇਹਨਾਂ ਨੇ ਇੱਕਦਮ ਟਰਾਲੀ ਦੂਜੀ ਸਾਈਡ ਕੱਟਤੀ, ਯਾਨੀ ਕਿ ਕੰਡਾ ਕਰਾਉਣਾ ਜਿਹਨਾਂ 'ਚ ਕੁਛ ਵੀ ਕਰਾਉਣਾ ਸੀਗਾ, ਇਹਨਾਂ ਇੱਧਰ ਕੱਟਤੀ, ਮੁੜ ਕੇ ਗੱਡੀ ਜਾ ਕੇ ਵਿੱਚ ਲੱਗ ਗਈ, ਗੱਡੀ ਟੋਟਲ ਲੋਸ ਹੋ ਗਈ। ਇਹਨਾਂ ਸਾਨੂੰ ਸਾਫ਼ ਲਾਇਆ ਜਾਵੇ ਲਾਉਣੀ ਟੈਕਸੀ ਲੈਣ ਦਾ ਕਰਦੀ ਹੈ, ਇਹ ਭਾਅ ਜੀ ਕਮਰਸ਼ੀਅਲ ਨੰਬਰ ਦੀ ਗੱਡੀ ਲਿਆਉਂਦੀ ਹੋਈ